ਕਿਉਂਕਿ ਮੁਸ਼ਕਲ ਤਾਂ ਬਹੁਤ ਆ ਰਹੀ ਹੈ ਸਟੂਡੈਂਟ ਆ ਸਾਡੇ ਸਗੋਂ ਪਾਸ ਬਣੇ ਕਿ ਪ੍ਰਾਈਵੇਟ ਬੱਸਾਂ ਨਾਲੋਂ ਜ਼ਿਆਦਾ ਸਰਕਾਰੀ ਬੱਸਾਂ ਆ ਸਾਡੇ ਪਾਸ ਬਣੇ ਸਾਨੂੰ ਉਹ 'ਚ ਜ਼ਿਆਦਾ ਸੁਵਿਧਾ ਆ ਕਿ ਜਾਣਾ ਚਾਹੀਦਾ ਜੋ ਸਰਕਾਰ ਮੰਗਾਂ ਆ ਪੰਜਾਬ ਰੋਡ ਵਾਲੀਆਂ ਉਹ ਸਰਕਾਰ ਨੂੰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਉਹਨਾਂ ਦੀਆਂ ਮੇਨ ਮੰਗ ਸਾਡੀ ਇਹ ਜੀ ਸਾਨੂੰ ਆਊਟਸੋਰਸ ਦੇ ਵਿੱਚ ਪਨਬੱਸ ਦੇ ਵਿੱਚ ਭਰਤੀ ਕੀਤਾ ਗਿਆ 10 ਸਾਲ ਤੋਂ ਜੋ ਸਰਕਾਰ ਸਾਡੀ ਮੰਗ ਨਹੀਂ ਮੰਨ ਰਹੀ ਸਾਡੀ ਮੇਨ ਮੰਗਾਂ ਨੇ ਭਈ ਪਨਬੱਸ ਦੇ ਵਿੱਚੋਂ ਜਿਹੜੇ ਬੰਦੇ ਠੇਕੇ 'ਤੇ ਰੱਖੇ ਗਏ ਆ ਉਹਨਾਂ ਨੂੰ ਰੋਡਵੇਜ਼ ਵਿੱਚ ਪੱਕਾ ਕੀਤਾ ਜਾਵੇ ਔਰ ਜਿਹੜਾ ਮਾਨ ਜੋ ਸੁਪਰੀਮ ਕੋਰਟ ਦਾ ਫੈਸਲਾ ਵਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਸਾਡੇ 'ਤੇ ਲਾਗੂ ਕੀਤਾ ਜਾਵੇ ਕਿਉਂਕਿ ਦੂਸਰੀਆਂ ਸਟੇਜਾਂ ਦੇ ਵਿੱਚ ਜਿਹੜਾ ਵਾ ਇਹ ਉਹਨਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਜਿਹੜੇ ਪੈਸੇ ਦਿੱਤੇ ਜਾ ਰਹੇ ਆ ਲੇਕਿਨ ਜੋ ਪੰਜਾਬ ਸਰਕਾਰ ਵਾ ਕਾਂਗਰਸ ਦੀ ਸਰਕਾਰ ਇਹ ਕਿਸੇ ਵੀ ਮੁਲਾਜ਼ਮ ਨੂੰ ਕੋਈ ਵੀ ਮਤਲਬ ਸੈਲਰੀ ਵਧੀਆ ਨਹੀਂ ਦਿੱਤੀ ਜਾ ਰਹੀ ਜਿਹਦਾ ਕਰਕੇ ਅੱਜ ਇਹ ਪਨਬੱਸ ਦੇ ਜੋ 3500 ਕਾਮੇ ਆ ਉਸ ਆਪਣੇ ਹੜਤਾਲ ਦੇ ਉੱਤੇ ਬੈਠੇ ਨੇ ਪੰਜਾਬ 'ਚ 18 ਡਿਪੂ ਹੈ ਸਾਡੇ 18 ਦੇ 18 ਡਿਪੂ ਇਸ ਵੇਲੇ ਬੰਦ ਪਏ ਨੇ ਔਰ ਜਿਹੜਾ 1800 ਪਨਬੱਸ ਦੀ ਗੱਡੀ ਆ ਉਹ ਬਿਲਕੁਲ ਚੱਕਾ ਉਹਦਾ ਬੰਦ ਕੀਤਾ ਗਿਆ ਵਾ ਕੋਈ ਵੀ ਬੱਸ ਜਿਹੜੀ ਆ ਉਹ ਰੋਡ 'ਤੇ ਨਹੀਂ ਜਾ ਰਹੀ ਪਰ ਸਾਡੀ ਸਰਕਾਰ ਫਿਲਹਾਲ ਕੋਈ ਜੇ ਨਹੀਂ ਮੰਗ ਜਿਹੜੀ ਨਹੀਂ ਮੰਨਦੇ ਤਾਂ ਇਸ ਤੋਂ ਅਗਲਾ ਜਿਹੜਾ ਸੰਘਰਸ਼ ਹੋਊਗਾ ਇਸ ਤੋਂ ਵੱਡਾ ਹੋਊਗਾ ਲੰਬੀ ਸਟ੍ਰਾਈਕ ਕੀਤੀ ਜਾਊਗੀ ਔਰ ਅਸੀਂ ਜੋ ਵਿਧਾਨ ਸਭਾ ਦਾ ਉਹ ਉੱਧਰ ਨੂੰ ਰੋਸ ਮੁਜ਼ਾਹਰਾ ਕਰਾਂਗੇ ਚੰਡੀਗੜ੍ਹ ਜਾ ਕੇ ਕਿਉਂਕਿ ਪਹਿਲਾਂ ਵੀ ਅਸੀਂ ਕਾਫੀ ਮੋਹਾਲੀ ਵਿਖੇ ਵੀ ਰੋਸ ਮੁਜ਼ਾਹਰੇ ਕੀਤੇ ਆ ਪਰ ਅਗਲਾ ਸੰਘਰਸ਼ ਜਿਹੜਾ ਇਸ ਤੋਂ ਵੱਡਾ ਰੋਡਵੇਜ਼ ਦੀਆਂ ਬੱਸਾਂ ਦੀ ਹੜਤਾਲ ਕਰਕੇ ਸਾਰੇ ਮੁਲਾਜ਼ਮਾਂ ਨੂੰ ਜਾਂ ਸਫ਼ਰ ਕਰਨ ਵਾਲਿਆਂ ਨੂੰ ਤਕਲੀਫ ਆ ਰਹੀ ਹੈ ਕਿਉਂਕਿ ਬੱਸਾਂ ਹੈਗੀਆਂ ਘੱਟ ਸਵਾਰੀਆਂ ਹੈਗੀਆਂ ਜ਼ਿਆਦਾ ਇਸ ਕਰਕੇ ਗੌਰਮੈਂਟ ਨੂੰ ਚਾਹੀਦਾ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਏ ਹਾਂ ਤਾਂ ਕਿ ਜਿਹੜੀ ਜਨਤਾ ਵਾ ਉਹ ਪਰੇਸ਼ਾਨ ਨਾ ਹੋਵੇ ਜਿਹੜੀ ਪਰੇਸ਼ਾਨੀ ਹੈ ਉਹ ਜਨਤਾ ਨੂੰ ਜ਼ਿਆਦਾ ਬਹੁਤ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਜੀ ਇਹਨਾਂ ਦੀ ਹੜਤਾਲ ਬੰਦ ਹੋਣੀ ਚਾਹੀਦੀ ਹੈ ਅਤੇ ਪਰੇਸ਼ਾਨੀ ਹਟਣੀ ਚਾਹੀਦੀ ਆ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ